और सोने चीमा जी साहब तुहाडे नाल तलक साडा 54 साल तुम्हें बड़ा पुराना तलक है तुहाडे नाल। अच्छा ਤੁਸੀਂ ਸਾਡੇ ਵੀਰ ਹੋ, ਆਪਣਾ ਸੋਸ਼ਲ ਮੀਡੀਆ ਤੇ ਤਲਕ ਨਹੀਂ, ਆਪਣਾ ਪਿੱਛੋਂ ਬੜਾ ਤਲਕ ਹੈ। ਆਪਾਂ ਇੱਕ ਦੂਸਰੇ ਨੂੰ ਬੜੇ ਜਾਣਨੇ ਆ, ਪੁਰਾਣੇ ਤੁਹਾਡੇ ਵਡੇਰਿਆਂ ਨਾਲ, ਸਾਡੇ ਵਡੇਰਿਆਂ ਨਾਲ ਤਲਕ ਹੈ। ਠੀਕ ਠੀਕ ਗੱਲ ਇਹ ਕਿ ਇੱਥੇ ਅਗਰ ਆਪਾਂ ਬੈਠੇ ਹਾਂ ਤੇ ਗੱਲ ਮੁਕਾਉਣ ਵਾਸਤੇ ਬੈਠੇ ਹਾਂ, ਗੱਲ ਅੱਜ ਜਿਹੜੀ ਮੁਕੇ ਦੀ ਮੇਰੇ ਵੱਲੋਂ, ਠੀਕ ਹੈ, ਜਦੋਂ ਇੱਥੇ ਅਲਫੀਆ ਬਿਆਨ ਹੋਣਾ, ਅਲਫ ਚੁੱਕਿਆ ਜਾਣਾ ਮੇਰੇ ਵੱਲੋਂ, ਚੌਧਰੀ ਨੂੰ ਗਾਲ ਤਾਂ ਦੂਰ ਦੀ ਗੱਲ ਰਹਿ ਗਈ ਨਾ, ਇਹਨਾਂ ਨਾਮ ਤੱਕ ਦੀ ਅਸੀਂ ਬਰੋਡ ਦੇ ਉੱਤੇ ਨਹੀਂ ਲਵਾਂਗੇ, ਤਾਂ ਕਿ ਸਾਡੀ ਵਜ੍ਹਾ ਤੋਂ ਇਹਦੀ ਦਿਲਦਾਰੀ ਨਾ ਹੋਵੇ, ਜਾਂ ਇਹ ਨਾ ਸੋਚੇ ਵੀ ਮੇਰੀ ਗੱਲ ਕਰਦੇ ਪਏ ਨੇ ਜਾਂ ਮੈਨੂੰ ਕੋਈ ਗੱਲ ਕਰ ਰਹੇ ਨੇ। ਇੱਕ ਗੱਲ, ਦੂਜੀ ਗੱਲ, ਇਹਦੀ ਬਰੋਡ ਦੇ ਥੱਲੇ ਕੋਈ ਬੰਦਾ ਆ ਕੇ ਕਮੈਂਟ ਕਰਦਾ ਜਾਂ ਗਲਤ ਆ ਕੇ ਗੱਲ ਕਰਦਾ, ਕਿਉਂਕਿ ਤੀਲੀ ਲਾਉਣ ਵਾਲੇ ਬੰਦੇ ਬੜੇ ਨੇ, ਤੇ ਇਹਦਾ ਇਹ ਮਤਲਬ ਨਹੀਂ ਕਿ ਉਹ ਮੇਰਾ ਬੰਦਾ ਹੋਵੇ ਦਾ ਜਾਂ ਮੇਰਾ ਗਲਿਆ ਬੰਦਾ ਹੋਵੇ ਦਾ, ਜਾਂ ਇਸ ਵਜ੍ਹਾ ਤੋਂ ਕਰਕੇ ਕੋਈ ਗੱਲ ਸੋਚੇ ਵੀ ਇਹ ਕਾਲੇ ਦਾ ਬੰਦਾ ਹੈ ਜਾਂ ਕਾਲੇ ਗਲਾਇਆ ਹੈ। ਇੱਥੇ ਇਸ ਟਾਈਮ ਮਗਰ ਸੁਲਾਹ ਕਰ ਰਹੇ ਹਾਂ, ਇੱਥੇ ਆਪਾਂ 3 ਬੰਦੇ ਹਾਂ, ਇੱਕ ਤੁਸੀਂ ਹੋ ਚੀਮਾ ਸਾਹਿਬ, ਇੱਕ ਚੌਧਰੀ ਹੈ, ਇੱਕ ਮੈਂ ਹਾਂ, ਹੋਰ ਕੋਈ ਬੰਦਾ ਨਹੀਂ ਹੈ। ਠੀਕ ਹੈ, ਤੇ ਗੱਲ ਇਹ ਵੇ, ਹਾਂਜੀ ਗੱਲ ਇਹ ਵੇ ਕਿ ਮੇਰੇ ਅਕਾਊਂਟ ਦੇ ਉੱਤੇ ਕੋਈ ਐਸੀ ਵੀਡੀਓ ਨਹੀਂ ਲੱਗੀ ਹੋਈ ਜਿਹਦੀ ਮੈਂ ਕੋਈ ਚੌਧਰੀ ਸਾਹਿਬ ਨੂੰ ਗਾਲ ਕੱਢੀ ਹੋਵੇ ਜਾਂ ਅਬਿਊਜ਼ਿੰਗ ਕੀਤੀ ਹੋਵੇ। ਦੂਸਰੇ ਨੰਬਰ ਤੇ ਰਹਿ ਗਈ ਗੱਲ ਭਾਈ ਜੀ, ਚੌਧਰੀ ਦੀ ਮਾਂ ਸਾਡੀ ਮਾਂ ਹੈ, ਚੌਧਰੀ ਦੀ ਭੈਣ ਸਾਡੀ ਭੈਣ ਹੈ, ਜੋ ਸਾਡਾ ਪਿੱਛੇ ਹੋ ਗਿਆ ਸੋ ਉਹ ਚੌਧਰੀ ਆਪਣੇ ਅਕਾਊਂਟ ਤੋਂ ਵੀਡੀਓ ਡਿਲੀਟ ਕਰੇਗਾ ਅੱਜ ਤੋਂ ਬਾਅਦ। 1 ਮਿੰਟ 1 ਮਿੰਟ, ਕਾਲੇ ਦੀ ਰਿਕਾਰਡਿੰਗ ਕਰ ਰਹੇ ਹੋ? ਮੈਂ ਤਾਂ ਨਹੀਂ ਕਰ ਰਿਹਾ, ਤੁਹਾਨੂੰ ਜਾ ਰਿਹਾ ਨਹੀਂ? ਹਾਂਜੀ ਰਿਕਾਰਡਿੰਗ ਕਰ ਰਿਹਾ, ਮੈਂ ਰਿਕਾਰਡਿੰਗ ਲੱਗੀ, ਰਿਕਾਰਡਿੰਗ ਹੋ ਰਹੀ ਹੈ ਹਰ ਮੋਬਾਈਲ 'ਚ ਚੱਲ ਰਿਹਾ, ਹਲੇ ਲਾਈਵ ਦੀ ਰਿਕਾਰਡਿੰਗ ਹੁੰਦੀ ਹੈ, ਹਲੇ ਜਿਹੜੇ ਮੁੰਡੇ ਬੈਠੇ ਨੇ ਉਹ ਵੀ ਰਿਕਾਰਡਿੰਗ ਕਰ ਰਹੇ ਨੇ। ਠੀਕ ਹੈ ਠੀਕ ਹੈ ਠੀਕ ਹੈ, ਤੂੰ ਬਾਅਦ ਮੈਨੂੰ ਭੇਜ ਰਹੀ ਹੈ। ਔਰ ਇਸ ਸੁਣਾ ਤੋਂ ਬਾਅਦ ਜਦੋਂ ਅਸੀਂ ਅਲਫੀਆ ਬਿਆਨ ਇੱਥੇ ਲਵਾਂਗੇ ਨਾ, ਉਸ ਤੋਂ ਬਾਅਦ ਚੌਧਰੀ ਜਿਹੜੀਆਂ ਮੇਰੇ ਖਿਲਾਫ ਵੀਡੀਓ ਨੇ, ਜਿਨ੍ਹਾਂ ਤੇ ਮੇਰੀ ਇੱਕ ਇੱਕ ਵੀਡੀਓ, ਕੋਈ ਵੀ ਵੀਡੀਓ ਹੈ, ਉਹਨੂੰ ਡਿਲੀਟ ਕਰਨਗੇ ਔਰ ਮੈਟਰ ਕਲੋਜ਼ ਕਰਨਗੇ। ਮੇਰੀ ਸਿਰਫ ਇੰਨੀ ਗੱਲ ਹੈ, ਮੈਂ ਤੁਹਾਡੇ ਅੱਗੇ ਗੱਲ ਰੱਖ ਦਿੱਤੀ, ਮੇਰੀ ਹੋਰ ਕੋਈ ਗੱਲ ਨਹੀਂ ਹੈ ਜੀ। ਚੋਈ ਸਾਹਿਬ ਮੈਂ ਇਹਦੀ ਵਜ਼ਾਹਤ ਕਰਦੇ ਹਾਂ, ਦੂਰ ਲਫ਼ਜ਼ਾਂ ਦੇ ਕਾਲਾ ਅੰਦੇ ਨੰਬਰ 1, ਮੇਰੇ ਵੱਲੋਂ ਬਣ ਕੇ ਕੋਈ ਵੀ ਦੁਨੀਆ ਦਾ ਬੰਦਾ ਤੁਹਾਨੂੰ ਕਮੈਂਟ ਕਰੇ ਤੇ ਤੁਸੀਂ ਮੈਨੂੰ ਟੱਚ ਜ਼ਰੂਰ ਕਰਨਾ। ਦੂਜੀ ਗੱਲ, ਇਦੋਂ ਪਹਿਲਾਂ ਜਿੰਨੀਆਂ ਵੀ ਵੀਡੀਓ ਨੇ ਉਹ ਡਿਲੀਟ ਕਰਨੀ ਹੈ, ਹੁਣ ਤੁਸੀਂ ਦੱਸੋ। ਕਾਲਾ ਸਾਹਿਬ ਨੇ ਗੱਲ ਕੀਤੀ ਹੈ, ਮੇਰੇ ਅਕਾਊਂਟ ਉੱਤੇ ਕੋਈ ਵੀਡੀਓ ਨਹੀਂ ਜਿਹੜੀ ਚੌਧਰੀ ਦੇ ਖਿਲਾਫ ਲੱਗੀ ਹੋਵੇ ਜੀ। ਬਿਲਕੁਲ ਹਕੀਕਤ ਗੱਲ ਹੈ, ਇਹਨਾਂ ਦੇ ਅਕਾਊਂਟ ਉੱਤੇ ਵੀਡੀਓ ਕੋਈ ਨਹੀਂ ਸੀ ਲੱਗੀ। ਮੇਰਾ ਗੱਲ ਕਰਨ ਦਾ ਜਾਂ ਇੱਥੇ ਤੁਹਾਨੂੰ ਇਕੱਠਿਆਂ ਕਰਨ ਦਾ ਆਉਣ ਗੱਲ ਦਾ ਮਕਸਦ ਮੈਂ ਤੁਹਾਨੂੰ ਸ਼ੁਰੂ ਕਰਕੇ ਦਿੰਦਾ।